ਸਾਥੀ ਨੂੰ ਹਾਕਾ ਮਾਰਦਾ ਰਹਿ ਗਿਆ ਪੰਪ ਦਾ ਕਰਿੰਦਾ ਤੇ ਲੁਟੇਰਾ ਕਾਪਾ ਲੈ ਕੇ ਨੌਜਵਾਨ ਦੇ ਪੈ ਗਿਆ ਪਿੱਛੇ। ਆ ਵੇਖੋ ਕਿਵੇਂ ਪੈਟਰੋਲ ਪਵਾਉਣ ਦੇ ਬਹਾਨੇ ਇਹ ਲੁਟੇਰੇ ਪੰਪ ਤੇ ਆਉਂਦੇ ਨੇ ਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਤੇਜ਼ ਧਾਰ ਹਥਿਆਰ ਲੈ ਕੇ ਪੰਪ ਦੇ ਕਰਿੰਦੇ ਦੇ ਪਿੱਛੇ ਪੈ ਜਾਂਦਾ, ਜਿਸ ਤੋਂ ਬਾਅਦ ਉਹ ਉੱਚੀ ਉੱਚੀ ਚੀਕਾਂ ਮਾਰਦਾ ਤੇ ਆਪਣੇ ਸਾਥੀ ਨੂੰ ਆਵਾਜ਼ ਮਾਰਦਾ, ਪਰ ਉਹਦਾ ਸਾਥੀ ਬਾਹਰ ਨਹੀਂ ਆਉਂਦਾ ਤੇ ਫਿਰ ਉਹ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗ ਜਾਂਦਾ ਤੇ ਫਿਰ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਉਸਦਾ ਸਾਥੀ ਵੀ ਬਾਹਰ ਆ ਜਾਂਦਾ। ਪਰ ਇਹ ਲੁਟੇਰੇ ਬਿਨਾਂ ਕਿਸੇ ਲੁੱਟ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਉੱਥੋਂ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਸ਼੍ਰੀ ਗੰਗਾਨਗਰ ਰੋਡ ਤੇ ਬਾਜ਼ਾਰ ਦੇ ਉੱਤੇ ਇੱਕ ਪੈਟਰੋਲ ਪੰਪ ਹੈ ਜਿੱਥੇ ਬਾਈਕ ਤੇ ਸਵਾਰ ਹੋ ਕੇ ਦੋ ਬਦਮਾਸ਼ ਪੈਟਰੋਲ ਪਵਾਉਣ ਦੇ ਬਹਾਨੇ ਆਉਂਦੇ ਨੇ ਤੇ ਜਦ ਕਰਮਚਾਰੀ ਤੇਲ ਪਾ ਕੇ ਵਾਪਸ ਜਾਣ ਲੱਗਦਾ ਤਾਂ ਇਹਨਾਂ ਦੇ ਵਿੱਚ ਇੱਕ ਬਦਮਾਸ਼ ਕਾਪਾ ਕੱਢ ਲੈਂਦਾ ਤੇ ਕਰਮਚਾਰੀ ਦੇ ਪਿੱਛੇ ਪੈ ਜਾਂਦਾ, ਜਿਸ ਤੋਂ ਬਾਅਦ ਪੰਪ ਦਾ ਕਰਿੰਦਾ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗਦਾ ਤੇ ਆਪਣੇ ਸਾਥੀ ਨੂੰ ਬਚਾਉਣ ਲਈ ਕਹਿੰਦਾ, ਪਰ ਉਹਦਾ ਸਾਥੀ ਬਾਹਰ ਨਹੀਂ ਆਉਂਦਾ ਤੇ ਇਹ ਡਰਦੇ ਮਾਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜੋ ਕਿ CCTV ਵੀਡੀਓ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ। ਉਧਰ ਹੀ ਪੁਲਿਸ ਨੇ ਇਸ ਸੰਬੰਧੀ ਕਿਹਾ ਕਿ ਦੋ ਬਾਈਕ ਸਵਾਰ ਨੌਜਵਾਨ ਪੈਟਰੋਲ ਪੰਪ ਤੇ ਆਉਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਕਰਮਚਾਰੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਬਿਨਾਂ ਕਿਸੇ ਲੁੱਟ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ CCTV ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨੇ ਸਾਹਿਬ ਪੈਟਰੋਲ ਪੰਪ ਅਖਮੀ ਸਰਵਰ ਉੱਥੇ ਵੀ ਦੋ ਮੁੰਡੇ ਤੇਲ ਪਵਾ ਕੇ ਤੇ ਬਾਅਦ ਚ ਜਿਹੜਾ ਤੇਲ ਪਵਾਉਣਾ ਸੀਗਾ ਮੁੰਡਾ ਉਹਦੇ ਮਗਰ ਖਾਪਾ ਲੈ ਕੇ ਮਗਰ ਪੈ ਗਏ। ਪਰ ਇਹ ਨਾ ਕੋਈ ਲੁੱਟ ਖੁੱਟ ਕੋਈ ਨਹੀਂ ਹੋਈ, ਨਾ ਕਿ ਇਹਦੇ ਕੋਈ ਸੱਟ ਵੱਜੀ ਹੈ। ਅਸੀਂ ਚੁੱਕੀਆਂ ਸਰਵਰ ਦੇ ਧਿਆਨ 'ਚ ਆ, ਮੈਂ ਉਹਨੂੰ ਕਿਹਾ ਵੀ ਵੀਡੀਓ ਦੇਖ ਕੇ ਸਾਰੀ ਤੇ ਬੰਦਿਆਂ ਨੂੰ ਟਰੇਸ ਕਰੋ ਤੇ ਇਹਨਾਂ ਦੇ ਬਲ ਦੇ ਪੰਜ ਕਾਨੂੰਨੀ ਕਾਰਵਾਈ ਕਰੋ। ਸਾਥੀ ਨੂੰ ਹਾਕਾ ਮਾਰਦਾ ਰਹਿ ਗਿਆ ਪੰਪ ਦਾ ਕਰਿੰਦਾ ਤੇ ਲੁਟੇਰਾ ਕਾਪਾ ਲੈ ਕੇ ਨੌਜਵਾਨ ਦੇ ਪੈ ਗਿਆ ਪਿੱਛੇ। ਆ ਵੇਖੋ ਕਿਵੇਂ ਪੈਟਰੋਲ ਪਵਾਉਣ ਦੇ ਬਹਾਨੇ ਇਹ ਲੁਟੇਰੇ ਪੰਪ ਤੇ ਆਉਂਦੇ ਨੇ ਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਤੇਜ਼ ਧਾਰ ਹਥਿਆਰ ਲੈ ਕੇ ਪੰਪ ਦੇ ਕਰਿੰਦੇ ਦੇ ਪਿੱਛੇ ਪੈ ਜਾਂਦਾ, ਜਿਸ ਤੋਂ ਬਾਅਦ ਉਹ ਉੱਚੀ ਉੱਚੀ ਚੀਕਾਂ ਮਾਰਦਾ ਤੇ ਆਪਣੇ ਸਾਥੀ ਨੂੰ ਆਵਾਜ਼ ਮਾਰਦਾ, ਪਰ ਉਹਦਾ ਸਾਥੀ ਬਾਹਰ ਨਹੀਂ ਆਉਂਦਾ ਤੇ ਫਿਰ ਉਹ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗ ਜਾਂਦਾ ਤੇ ਫਿਰ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਉਸਦਾ ਸਾਥੀ ਵੀ ਬਾਹਰ ਆ ਜਾਂਦਾ। ਪਰ ਇਹ ਲੁਟੇਰੇ ਬਿਨਾਂ ਕਿਸੇ ਲੁੱਟ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਉੱਥੋਂ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਸ਼੍ਰੀ ਗੰਗਾਨਗਰ ਰੋਡ ਤੇ ਬਾਜ਼ਾਰ ਦੇ ਉੱਤੇ ਇੱਕ ਪੈਟਰੋਲ ਪੰਪ ਹੈ ਜਿੱਥੇ ਬਾਈਕ ਤੇ ਸਵਾਰ ਹੋ ਕੇ ਦੋ ਬਦਮਾਸ਼ ਪੈਟਰੋਲ ਪਵਾਉਣ ਦੇ ਬਹਾਨੇ ਆਉਂਦੇ ਨੇ ਤੇ ਜਦ ਕਰਮਚਾਰੀ ਤੇਲ ਪਾ ਕੇ ਵਾਪਸ ਜਾਣ ਲੱਗਦਾ ਤਾਂ ਇਹਨਾਂ ਦੇ ਵਿੱਚ ਇੱਕ ਬਦਮਾਸ਼ ਕਾਪਾ ਕੱਢ ਲੈਂਦਾ ਤੇ ਕਰਮਚਾਰੀ ਦੇ ਪਿੱਛੇ ਪੈ ਜਾਂਦਾ, ਜਿਸ ਤੋਂ ਬਾਅਦ ਪੰਪ ਦਾ ਕਰਿੰਦਾ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗਦਾ ਤੇ ਆਪਣੇ ਸਾਥੀ ਨੂੰ ਬਚਾਉਣ ਲਈ ਕਹਿੰਦਾ, ਪਰ ਉਹਦਾ ਸਾਥੀ ਬਾਹਰ ਨਹੀਂ ਆਉਂਦਾ ਤੇ ਇਹ ਡਰਦੇ ਮਾਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜੋ ਕਿ CCTV ਵੀਡੀਓ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ। ਉਧਰ ਹੀ ਪੁਲਿਸ ਨੇ ਇਸ ਸੰਬੰਧੀ ਕਿਹਾ ਕਿ ਦੋ ਬਾਈਕ ਸਵਾਰ ਨੌਜਵਾਨ ਪੈਟਰੋਲ ਪੰਪ ਤੇ ਆਉਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਕਰਮਚਾਰੀ ਦੇ ਉੱਤੇ ਹਮਲਾ ਕੀਤਾ ਜਾਂਦਾ, ਜਿਸ ਤੋਂ ਬਾਅਦ ਉਹ ਬਿਨਾਂ ਕਿਸੇ ਲੁੱਟ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ CCTV ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨੇ ਸਾਹਿਬ ਪੈਟਰੋਲ ਪੰਪ ਅਖਮੀ ਸਰਵਰ
ਉੱਥੇ ਦੋ ਮੁੰਡੇ ਤੇਲ ਪਵਾ ਕੇ ਅਤੇ ਬਾਅਦ 'ਚ ਜਿਹੜਾ ਤੇਲ ਪਾਉਣ ਵਾਲਾ ਸੀਗਾ ਮੁੰਡਾ ਉਹਦੇ ਮਗਰ ਖੱਪ ਲੈ ਕੇ ਮਗਰ ਪੈ ਗਏ। ਪਰ ਇਹ ਨਾ ਕੋਈ ਲੁੱਟ ਸੁੱਟ ਕੋਈ ਨਹੀਂ ਹੋਈ, ਨਾ ਕਿਤੇ ਕੋਈ ਸੱਟ ਵੱਜੀ ਹੈ। ਅਤੇ ਐਸ ਐਚ ਓ ਖੁਮੀਆਂ ਸਰਵਰ ਦੇ ਧਿਆਨ 'ਚ ਆ। ਮੈਂ ਉਹਨੂੰ ਕਿਹਾ ਵੀ ਵੀਡੀਓ ਦੇਖ ਕੇ ਸਾਰੀ ਅਤੇ ਬੰਦਿਆਂ ਨੂੰ ਟਰੇਸ ਕਰੋ ਅਤੇ ਇਹਨਾਂ ਦੇ ਬਲਦੇ ਬਣ ਕਾਨੂੰਨੀ ਕਾਰਵਾਈ ਕਰੋ।